ਬੈਂਕਰਪਸੀਆਂ ਦਾ ਵੀ ਜਿਹੜਾ ਦੌਰ ਹੈਗਾ ਆ ਉਹ ਚੱਲ ਰਿਹਾ ਹੈਗਾ ਇਸ ਵੇਲੇ ਪੂਰਾ, ਤੇ ਇਸ ਕਰਕੇ ਸਿਚੁਏਸ਼ਨ ਜਿਹੜੀ ਆ ਉਹ ਬਾਹਲੀ ਵਧੀਆ ਨਹੀਂ ਹੈਗੀ। ਜੀ, ਜੀ ਸੋ ਬਿਲਕੁਲ ਜਿਹੜਾ ਟਰੱਕਿੰਗ ਟਨੇਜ ਆ ਉਹ ਡਿਕਲਾਈਨ ਹੋਇਆ ਅਪ੍ਰੈਲ ਮਹੀਨੇ ਦੇ ਵਿੱਚ। ਅਮੈਰੀਕਨ ਟਰੱਕਿੰਗ ਐਸੋਸੀਏਸ਼ਨ ਨੇ ਦੱਸਿਆ ਵੀ ਫੋਰ ਹਾਇਰ ਟਰੱਕ ਟਨੇਜ ਜੋ ਆ ਉਹ 1.2% ਡਿਕਲਾਈਨ ਹੋਇਆ ਅਪ੍ਰੈਲ ਮਹੀਨੇ। ਬਿਲਕੁਲ। ਸੋ ਇਹ ਸਿਗਨੀਫਾਈ ਹੁਣ ਕੀ ਕਰ ਰਿਹਾ ਆ, ਡਿਮਾਂਡ ਘੱਟ ਆ, ਸਪਲਾਈ ਜ਼ਿਆਦਾ ਆ, ਜਾਂ ਸਪਲਾਈ ਵੀ ਘੱਟ ਗਈ ਆ, ਡਿਮਾਂਡ ਵੀ ਘੱਟ ਆ? ਰਮਨ ਜੀ, ਵਟ ਡਜ਼ ਇਟ ਮੀਨ, ਇਹਦਾ ਮਤਲਬ ਕੀ ਆ ਹੁਣ ਇਹਦਾ? ਮਤਲਬ ਇਹਦਾ ਡੈਫੀਨੇਟਲੀ ਹੈਗਾ ਕਿ ਆਬਵੀਅਸਲੀ ਸਪਲਾਈ ਐਂਡ ਡਿਮਾਂਡ ਦਾ ਚੱਕਰ ਹੈਗਾ, ਔਰ ਸਪਲਾਈ ਟਰੱਕਸ ਦੀ ਜ਼ਿਆਦਾ ਹੈਗੀ ਆ। ਲੋਡਸ ਜਿਹੜੇ ਆ ਉਹ ਡਿਕਲਾਈਨ, ਜਿੱਦਾਂ ਕਿ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਲੋਡ ਡਿਕਲਾਈਨ ਤੇ ਗਏ ਹੈਗੇ ਆ, ਸੋ ਇਸ ਕਰਕੇ ਸਿਚੁਏਸ਼ਨ ਜਿਹੜੀ ਆ ਉਹ ਸਪਲਾਈ ਐਂਡ ਡਿਮਾਂਡ ਕਰਕੇ ਹੁੰਦਾ ਸਾਰਾ। ਤੇ ਐਤਕੀ ਜਿਹੜੀ ਇਹ ਪ੍ਰੋਬਲਮ ਹੈਗੀ ਆ, ਕਿਉਂਕਿ ਪ੍ਰੋਬਲਮ ਲੰਮੀ ਬਹੁਤ ਚਲੀ ਗਈ ਹੈਗੀ ਆ। ਪਹਿਲਾਂ ਹੁੰਦਾ ਸੀਗਾ ਕਿ ਸਾਲ ਕੁ ਦਾ ਸਾਈਕਲ ਹੁੰਦਾ ਸੀ, ਸਾਲ ਬਾਅਦ ਜਿਹੜੀ ਆ ਇੰਡਸਟਰੀ ਆ ਉਹ ਠੀਕ ਹੋ ਜਾਂਦੀ ਸੀਗੀ, ਸਾਲ ਬਾਅਦ ਇੰਡਸਟਰੀ ਜਿਹੜੀ ਆ ਉਹ ਘੁੰਮ ਜਾਂਦੀ ਸੀਗੀ। ਪਰ ਐਤਕੀ ਲੱਗ ਰਿਹਾ ਕਿ ਜਿਹੜਾ ਇਹ ਟਾਈਮ ਹੈਗਾ ਇਹ ਕਾਫੀ ਲੰਮਾ ਪੈ ਗਿਆ ਹੈਗਾ, ਸੋ ਇਸ ਕਰਕੇ ਜਿਹੜੀ ਐਤਕੀ ਹਰਟ ਜਿਹੜਾ ਕਰ ਰਿਹਾ ਹੈਗਾ ਉਹ ਮੇਰੇ ਖਿਆਲ ਬਹੁਤ ਜ਼ਿਆਦਾ ਹਰਟ ਕਰ ਰਿਹਾ। ਔਰ ਕਈ ਰੀਜ਼ਨਸ ਹੈਗੇ ਆ ਕਿ ਜਿਹਦੇ ਵਿੱਚ ਹਰਟ ਕਰਨ ਦੇ, ਕਿ ਜਿਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਸਿਰਫ ਤੇ ਸਿਰਫ ਇਸੇ ਕਰਕੇ ਸਪਲਾਈ ਐਂਡ ਡਿਮਾਂਡ ਨਹੀਂ, ਹੋਰ ਵੀ ਕਈ ਰੀਜ਼ਨ ਹੈਗੇ ਆ ਜਿਹਦੇ ਵਿੱਚ ਆਪਾਂ ਜਿਹੜੀ ਸੈਲਫ ਤੁਸੀਂ ਜਦੋਂ ਕਰਦੇ ਹੈਗੇ ਆ ਆਪਣੀ ਜਿਹੜੀਆਂ ਕੰਪਨੀਜ਼ ਹੈਗੀਆਂ ਉਹਨਾਂ ਦਾ ਜਿਹੜਾ ਸਿਸਟਮ ਹੈਗਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਯੂ ਨੋ ਜਿਹੜੇ ਐਕਸਪੈਂਸਿਸ ਹੈਗੇ ਆ ਆਊਟ ਆਫ ਕੰਟਰੋਲ ਹੈਗੇ ਆ, ਮਹਿੰਗਾ ਇਕੁਇਪਮੈਂਟ ਲਿਆ ਹੈਗਾ ਆ, ਪੇਮੈਂਟਸ ਬਹੁਤ ਜ਼ਿਆਦੀਆਂ ਹੈਗੀਆਂ, ਸੋ ਕਈ ਫੈਕਟਰਸ ਕੰਮ ਕਰਦੇ ਹੈਗੇ ਆ। ਜੇ ਤਾਂ ਚਲੋ ਨੋਰਮਲ ਆਪਾਂ ਟਾਈਮ ਅੱਗੇ ਦੇਖੇ ਸੀਗੇ ਨੋਰਮਲ ਟਾਈਮਸ ਦੇ ਵਿੱਚ ਠੀਕ ਰਹਿੰਦਾ ਸੀਗਾ, ਪਰ ਹੁਣ ਜਿਹੜਾ ਆ ਉਹ ਥੋੜ੍ਹਾ ਜਿਹਾ ਔਖਾ ਹੋਇਆ ਪਿਆ ਕਿਉਂਕਿ ਨੋਰਮਲ ਸਿਚੁਏਸ਼ਨ ਚੋਂ ਲੰਘੇ ਆਪਾਂ ਬਹੁਤ ਜ਼ਿਆਦਾ। ਥੋੜਾ ਨਹੀਂ ਰਮਨ ਜੀ, ਤੁਸੀਂ ਥੋੜੇ ਜਿਹਾ ਠੰਡੇ ਪੈ ਰਹੇ, ਬਹੁਤ ਬੁਰਾ ਔਖਾ ਆ। 14 ਸਾਲਾਂ ਤੋਂ ਹੀ ਲਗਾਤਾਰ ਡਾਊਨ ਹੁੰਦਾ ਜਾ ਰਿਹਾ। ਕਹਿੰਦੇ ਵੀ ਟਰੱਕ ਫਰੇਟ ਮਾਰਕੀਟ ਸੌਫਟ ਆ ਅਪ੍ਰੈਲ ਮਹੀਨੇ ਚ, ਇਹ ਜਿਹੜੇ ATA ਦੇ ਚੀਫ ਇਕਨੋਮਿਸਟ ਬੌਬ ਕੈਸਟੈਲੋ ਹੈਗੇ ਆ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਫਰੇਟ ਦੇ ਵਿੱਚ ਲੱਗਦਾ ਹਜੇ ਇੱਦਾਂ ਹੀ ਠੰਡਾ ਰਹੂਗਾ ਕੰਮ। ਅਪ੍ਰੈਲ 2023 ਦੇ ਮੁਕਾਬਲੇ ਇੰਡੈਕਸ 1.5% ਡਾਊਨ ਚਲ ਗਿਆ ਤੇ 14th ਸਟ੍ਰੇਟ ਈਅਰ ਆ ਡਿਕਲਾਈਨ ਦਾ ਹਨਾ। ਸੋ ਸਿਚੁਏਸ਼ਨ ਜਿਹੜੀ ਆ ਬਾਲੀ ਗੁੱਟ ਨਹੀਂ ਹੈਗੀ। ਉਹ ਡਿਮਾਂਡ ਐਂਡ ਸਪਲਾਈ ਦੇ ਰੌਲੇ 'ਚ ਮੈਨੂੰ ਲੱਗਦਾ ਟਰੱਕਿੰਗ ਦੀ ਹਾਲਾਤ ਖਾਸੇ ਪਤਲੇ ਆ। ਜਦੋਂ ਹੁਣ ਤੁਸੀਂ ਲੋ ਬਿਡਿੰਗ ਦੀ ਗੱਲ ਕੀਤੀ ਆ ਜਾਂ ਲੋ ਲੈਵਲ ਦੇ ਉੱਤੇ ਕਰ ਰਹੇ ਆ, ਕਿੰਨੇ ਕੁ ਲੋ ਦੀ ਆਪਾਂ ਗੱਲ ਕਰ ਰਹੇ ਹਾਂ? ਆਮ ਦੇ ਨਾਲੋਂ 20% ਘੱਟ ਆ, 30 ਘੱਟ ਆ, 50% ਘੱਟ ਆ, ਕਿੱਥੇ ਕਿੱਥੇ ਜਿਹੜੀ ਲੋ ਬਿਡਿੰਗ ਚੱਲ ਰਹੀ ਹੈ ਕਿੰਨੀ ਕੁ? ਮਤਲਬ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੀ ਕਾਸਟ ਆਫ ਆਪਰੇਸ਼ਨ ਆ ਉਹ ਤੋਂ ਥੱਲੇ ਆ, ਤੇ ਫਿਰ ਚਲਾਈ ਕੋ ਜਾ ਰਹੇ ਸਾਰੇ ਜਾਣੇ, ਸੋ ਲੱਗਦਾ ਵੀ ਬਿਜੀ ਆ ਕੰਮ ਕਰ ਰਹੇ ਆ। ਜਦੋਂ ਤੁਸੀਂ ਕਾਸਟ ਆਫ ਆਪਰੇਸ਼ਨ ਤੋਂ ਥੱਲੇ ਚਲੇ ਜਾਂਦੇ ਆ ਨਾ, ਉਦੋਂ ਫਿਰ ਤੁਸੀਂ ਤੁਹਾਡੀ ਇੱਕ ਡੈਡਲਾਈਨ ਸ਼ੁਰੂ ਹੋ ਜਾਂਦੀ ਆ ਵੀ ਕਿੰਨੇ ਦਿਨ ਤੁਸੀਂ ਆਪਰੇਟ ਕਰਨਾ ਆ, ਠੀਕ ਆ, ਤੁਸੀਂ ਸੈਲਫ ਫੰਡਡ ਕਰਕੇ ਕਿੰਨੇ ਦਿਨ ਆਪਰੇਟ ਕਰ ਲਓਗੇ, ਪੈਸੇ ਪਾ ਕੇ ਕਿੰਨੇ ਦਿਨ ਆਪਰੇਟ ਕਰ ਲਓਗੇ। ਸੋ ਇਹ ਆ ਕਿ ਬੰਦਾ ਇਸ ਵੇਲੇ ਹਰ ਇੱਕ ਦੇਖੋ ਜਿੰਨੇ ਵੀ ਇੰਡਸਟਰੀ ਦੇ ਵਿੱਚ ਆਪਣੀ ਚ ਹੈਗੇ ਆ, ਖਾਸ ਕਰਕੇ ਜੇ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿੰਨੇ ਵੀ ਆਪਣੇ ਇਸ ਵੇਲੇ ਪਲੇਅਰਸ ਹੈਗੇ ਆ, ਮੇਜਰ ਵੀ ਹੈਗੇ ਆ, ਮਾਈਨਰ ਵੀ ਹੈਗੇ ਆ, ਜਾਂ ਸਮਾਲ ਮੀਡੀਅਮ ਲਾਰਜ ਜਿਹੜੀ ਵੀ ਕੰਪਨੀਜ਼ ਹੈਗੀਆਂ, ਹਰ ਇੱਕ ਨੇ ਬਹੁਤ ਪੈਸਾ ਆਲਰੇਡੀ ਇਨਵੈਸਟ ਕਰ ਚੁੱਕੇ ਆ ਆਪਣੀ ਟਰੱਕਿੰਗ ਦੇ ਵਿੱਚ, ਪੱਲਿਓ ਜਿਹੜਾ
ਯੂ ਨੋ ਪਰਸਨਲ ਮਨੀ ਆ ਉਹ ਵਿੱਚ ਜਾਂ ਸੇਵਿੰਗ ਜਿਹੜੀ ਆ ਉਹ ਵਿੱਚ ਇਨਵੈਸਟ ਕਰ ਚੁੱਕੇ ਆ। ਉਹ ਜਿਹੜੀ ਇਨਵੈਸਟਮੈਂਟ ਹੈਗੀ ਆ ਉਹ ਕਈ ਕੰਪਨੀਆਂ ਦੀ ਕੰਪਨੀਆਂ ਦੀ ਬਹੁਤ ਜ਼ਿਆਦਾ ਵੱਡੀ ਹੈਗੀ ਆ। ਮਤਲਬ ਕਿ ਇੱਥੋਂ ਤੱਕ ਕਿ ਮੈਂ ਗੱਲਬਾਤ ਦੇ ਵਿੱਚ ਪਤਾ ਲੱਗਾ ਕਿ ਪਰਸਨਲ ਘਰਾਂ ਦੇ ਉੱਤੇ ਵੀ ਲੋਨ ਚੱਕ ਲਏ ਹੈਗੇ ਆ। ਬਹੁਤ ਕੁਛ ਜਿਹੜਾ ਹੋ ਰਿਹਾ ਹੈਗਾ। ਸੋ ਉਹ ਜਿਹੜੀ ਹੁਣ ਉੱਥੇ ਜਿਹੜਾ ਬੰਦਾ ਹੈਗਾ ਉਹ ਐਟਲੀਸਟ ਇਹ ਸੋਚ ਰਿਹਾ ਵੀ ਕਿਸੇ ਢੰਗ ਦੇ ਨਾਲ ਮਹੀਨਾ, ਦੋ ਮਹੀਨੇ, ਚਾਰ ਮਹੀਨੇ, ਛੇ ਮਹੀਨੇ ਕਿਸੇ ਢੰਗ ਦੇ ਨਾਲ ਆਈ ਸ਼ੁੱਡ ਪੁਸ਼ ਦਿਸ, ਮੈਂ ਕਰ ਲਵਾਂ ਇਹਨੂੰ, ਪੁਸ਼ ਕਰ ਲਵਾਂ। ਸਟੱਕ ਹੈਗਾ ਬਹੁਤ ਬੁਰੀ ਤਰ੍ਹਾਂ ਦੇ ਨਾਲ, ਹਨਾ, ਕਿ ਜੇ ਅੱਜ ਬੰਦ ਕਰਦੇ ਯਾਰ ਕੰਮ ਵੀ ਜਾਊਗਾ, ਸਾਰਾ ਕੁਛ ਹੋਰ ਵੀ ਜਾਊਗਾ। ਸੋ ਬਹੁਤ ਜਾਣੇ ਜਿਹੜੇ ਆ ਉਹ ਇਸ ਸਿਚੁਏਸ਼ਨ ਦੇ ਵਿੱਚ ਇਸ ਵੇਲੇ ਫਸੇ ਹੋਏ ਆ। ਔਰ ਉਹ ਯੂ ਨੋ ਸਿਚੁਏਸ਼ਨ ਆਪਣੇ ਪੰਜਾਬੀ ਦੀ ਕਹਾਵਤ ਵਾਂਗੂ ਆ ਕਿ ਯੂ ਨੋ ਸੱਪ ਦੇ ਮੂੰਹ 'ਚ ਕੋੜ ਕਿਰਲੀ, ਜੇ ਖਾਨਾ ਤਾਂ ਮਾਰਦਾ, ਜੇ ਛੱਡਦਾ ਤਾਂ ਮਾਰਦਾ। ਅਤੇ ਇਨਵੈਸਟਮੈਂਟ ਇੰਨੀ ਕਰ ਚੁੱਕੇ ਆ, ਉਹਦੇ ਵਿੱਚ ਪ੍ਰੋਬਲਮ ਹੁਣ ਇਹ ਆ ਕਿ ਜੇ ਛੱਡਦੇ ਆ ਤਾਂ ਸਾਰਾ ਕੁਛ ਜਾਂਦਾ ਆ, ਜੇ ਉਹ ਪੁੱਛ ਕਰਕੇ। ਸੋ ਇਸ ਕਰਕੇ ਜਿਹੜੀ ਬਿਡਿੰਗ ਆ, ਬਿਡਿੰਗ ਦੇ ਵਿੱਚ ਘੱਟ ਰੇਟ ਦੇਣਾ ਔਰ ਬਿਡਿੰਗ ਦੇ ਵਿੱਚ ਘੱਟ ਤੋਂ ਘੱਟ ਰੇਟ ਕਰਕੇ ਆਪਣਾ ਲੋਡ, ਸਿਰਫ ਲੋਡ ਅਕਵਾਇਰ ਕਰਨਾ, ਮੇਰੇ ਖਿਆਲ ਦੇ ਵਿੱਚ ਕੁਛ ਕੰਪਨੀਆਂ ਨਾਲ ਮੇਰੀ ਗੱਲ ਹੋਈ ਆ, ਉਹਨਾਂ ਨੇ ਬੜਾ ਵਧੀਆ ਸਟੈਪ ਲਿਆ ਹੈਗਾ ਕਿ ਉਹਨਾਂ ਨੇ ਆਪਣੇ ਜਿਹੜੇ ਆ ਜਿਹੜੀ ਆ ਟਰੱਕਸ ਪੁੱਲ ਬੈਕ ਕਰ ਲਏ ਹੈਗੇ ਆ, ਪਾਰਕ ਕਰਤੇ ਆ। ਕੁਛ ਕੰਪਨੀਆਂ ਐਸੀਆਂ ਵੀ ਗੱਲ ਹੋਈ ਆ ਜਿਨ੍ਹਾਂ ਨੇ ਟਰੱਕ ਆਪਣੇ ਵੇਚਣੇ ਸ਼ੁਰੂ ਕਰਤੇ ਆ ਜਾਂ ਆਪਣੇ ਯੂ ਨੋ ਛੱਡਣੇ ਸ਼ੁਰੂ ਕਰਤੇ ਆ, ਤਾਂ ਕਿ ਉਹਨਾਂ ਦੀ ਜਿਹੜੀ ਐਕਸਪੈਂਸ ਆ ਉਹ ਘੱਟ ਸਕੇ, ਤਾਂ ਕਿ ਉਹਨਾਂ ਦਾ ਜਿਹੜਾ ਆ ਆਪਣਾ ਯੂ ਨੋ ਡੇਲੀ ਆਪਰੇਸ਼ਨ ਹੈਗਾ। ਕਿਉਂਕਿ ਦੇਖੋ ਜੇ ਤੁਸੀਂ ਆਪਰੇਸ਼ਨ ਰਨ ਕਰ ਰਹੇ ਆ ਜਿਹੜਾ ਯੂ ਨੋ 100, 200, 300 ਟਰੱਕ ਵਾਲਾ ਆਪਰੇਸ਼ਨ ਹੈਗਾ, ਉਹਦੇ ਵਿੱਚ ਤੁਹਾਡੇ ਕਈ ਕੰਸਿਸਟੈਂਟਲੀ ਫਿਕਸ ਐਕਸਪੈਂਸ ਹੈਗੇ ਜਿਹੜੇ ਤੁਹਾਡੇ ਤੁਸੀਂ ਜਿੰਨਾ ਦੇਰ ਤੱਕ ਉਹਨੂੰ ਘਟਾਉਂਦੇ ਨਹੀਂ ਕੰਮ ਨੂੰ ਜਾਂ ਕੰਪਨੀ ਨੂੰ ਤੁਸੀਂ ਯੂ ਨੋ ਛੋਟਾ ਨਹੀਂ ਕਰਦੇ, ਉਨੀ ਦੇਰ ਤੱਕ ਉਹ ਐਕਸਪੈਂਸ ਘੱਟਦੇ ਨਹੀਂ। ਔਰ ਇਹ ਬੜੇ ਮੇਜਰ ਐਕਸਪੈਂਸ ਹੈਗੇ ਆ। ਔਰ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਥੇ ਇਸ ਵੇਲੇ ਕਿ ਆਪਣੀ ਜਿਹੜੀ ਇਨਫਲੇਸ਼ਨ ਆ ਉਹ ਹਰ ਵੇਲੇ ਹਰ ਪਾਸੇ ਉੱਪਰ ਜਾ ਰਹੀ ਹੈਗੀ ਆ, ਐਵਰੀ ਐਕਸਪੈਂਸ ਇਜ਼ ਗੋਇੰਗ ਅਪ, ਐਵਰੀਥਿੰਗ ਇਜ਼ ਗੋਇੰਗ ਅਪ, ਠੀਕ ਹੈ ਨਾ। ਸੋ ਪੇਰੋਲ ਐਕਸਪੈਂਸ ਹੈਗੇ ਆ, ਵਰਕਰਸ ਕਾਮ ਦੇ ਐਕਸਪੈਂਸ ਹੈਗੇ, ਹੋਰ ਬਹੁਤ ਐਕਸਪੈਂਸਿਸ ਹੈਗੇ ਆ, ਰਿਪੇਅਰ ਦੇ ਬਹੁਤ ਜ਼ਿਆਦਾ ਆ। ਹਾਂ, ਰਿਪੇਅਰ ਦੇ ਜਿਹੜੇ ਆ ਇਸ ਵੇਲੇ ਬਹੁਤ ਜ਼ਿਆਦਾ ਆ। ਔਰ ਇਕਵਿਪਮੈਂਟ ਮਹਿੰਗਾ ਹੈਗਾ, ਇਕਵਿਪਮੈਂਟ ਮਹਿੰਗਾ ਲਿਆ ਹੈਗਾ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਹਰ ਚੀਜ਼ ਜਿਹੜੀ ਇਫੈਕਟ ਕਰਦੀ ਆ, ਮਤਲਬ ਕਿ ਬਹੁਤ ਇਸ਼ੂਜ਼ ਜਿਹੜੇ ਆ ਉਹ ਇਫੈਕਟ ਕਰਦੇ ਆ। ਪਰ ਅੱਗੇ ਇੱਕ ਅੱਧੀ ਚੀਜ਼ ਹੁੰਦੀ ਸੀ, ਹੁਣ ਇਦਾਂ ਲੱਗਦਾ ਵੀ ਸਾਰੇ ਪਾਸੇ ਨੈਗੇਟਿਵ ਨੈਗੇਟਿਵ ਹੀ ਕੰਮ ਚੱਲ ਰਿਹਾ ਹੈ। ਹਾਂਜੀ, ਪਰ ਫਿਰ ਵੀ ਮੈਂ ਕਹਿੰਦਾ ਹੈਟਸ ਆਫ ਟੂ ਸਾਡੀ ਪੰਜਾਬੀ ਟਰੈਕਿੰਗ ਇੰਡਸਟਰੀ ਨੂੰ, ਹੈਟਸ ਆਫ ਆ ਕਿ ਬਹੁਤ ਮਤਲਬ ਕਿ ਪਕੜ ਰੱਖੀ ਹੋਈ ਆ ਕਾਫੀ। ਪਰ ਫਿਰ ਵੀ ਕਹੂੰਗਾ ਕਿ ਕੋਸ਼ਿਸ਼ ਕਰੋ ਕਿ ਡਾਊਨ ਸਾਈਜ਼ ਜੇ ਕਰ ਸਕਦੇ ਡਾਊਨ ਸਾਈਜ਼ ਕਰੋ। ਜੇ ਡਾਊਨ ਸਾਈਜ਼ ਕਰਨਾ ਜ਼ਰੂਰੀ ਆ ਤੇ ਉਹ ਜ਼ਰੂਰੀ, ਉਹਦੇ ਵਿੱਚ ਇਦਾਂ ਹੈ ਕਿ ਤੁਸੀਂ ਸਰਵਾਈਵ ਕਰ ਸਕਦੇ ਆ। ਪਰ ਐਡੀ ਇੰਨੀ ਲਾਇਬਿਲਿਟੀ ਲੈ ਕੇ ਇੰਨਾ ਕੁਛ ਕਰਕੇ, ਪਰ ਇਹਦੇ ਸਾਰੇ ਚੱਲਦਿਆਂ ਰਾਜ ਇੱਕ ਚੀਜ਼ ਦਾ ਹੋਰ ਜਿਹੜਾ ਬਹੁਤ ਖਿਆਲ ਰੱਖਣ ਦੀ ਲੋੜ ਆ ਕਿ ਸਿਰਫ ਤੇ ਸਿਰਫ ਇਕਵਿਪਮੈਂਟ ਨੂੰ ਮੂਵ ਕਰਦੇ ਰਹਿਣਾ ਜਾਂ ਸਿਰਫ ਤੇ ਸਿਰਫ ਟਰੱਕ ਚੱਲਦੇ ਰਹਿਣ, ਉਹਦੇ ਲਈ ਤੁਸੀਂ ਕੰਪਰੋਮਾਈਜ਼ ਕਰਦੇ ਆ, ਉਹਦੇ ਲਈ ਤੁਸੀਂ ਨਵੇਂ ਡਰਾਈਵਰ ਰੱਖਦੇ ਆ, ਉਹਦੇ ਲਈ ਤੁਸੀਂ ਸਾਰਾ ਕੁਛ ਉਹ ਕਰਦੇ ਹੈਗੇ ਆ ਜਿਹੜਾ ਕਿ ਤੁਹਾਨੂੰ ਨਹੀਂ ਕਰਨਾ ਚਾਹੀਦਾ। ਦੈਟ ਇਜ਼ ਵੈਰੀ ਡੇਂਜਰਸ। ਜੇ ਉੱਦਾਂ ਤੁਸੀਂ ਆਪਣੀ ਕੰਪਨੀ ਚੱਲਦਾ ਰੱਖ ਰਹੇ ਆ, ਫਿਰ ਉਹ ਡੇਂਜਰਸ ਸਾਬਤ ਹੋ ਸਕਦਾ ਤੁਹਾਡੇ ਲਈ। ਜੀ,